बाणी गुरु, गुरु है बाणी, विच बाणी अमृत सारे, गुर बाणी कहे सेवक जन माने, प्रतख गुरु निस्तारे। पावन बाणी इलाही बाणी जिदे बारे सतगुरु ने कह तुरकी बाणी आई, तिन सगली चिंत मिटाई। ਉਹ ਪਾਵਨ ਬਾਣੀ ਜੀ ਦੇ ਸੰਬੰਧ ਵਿੱਚ ਕੋਈ ਪੰਜਾਬੀ ਦਾ ਦਾਨਿਸ਼ਮੰਦ ਕਵੀ ਕਹਿੰਦਾ ਹੈ, ਇਹ ਬਾਣੀ ਅਰਸ਼ ਮੰਡਲ ਦੀ ਰਾਣੀ ਹੈ, ਇਹ ਰੂਹ ਹੈ ਪ੍ਰੀਤ ਪਿਆਰਾਂ ਦੀ, ਇਹ ਰੱਬੀ ਜੋਤ ਦਾ ਚਾਨਣ ਹੈ ਤੇ ਸਤਿਆ ਅੰਮ੍ਰਿਤ ਧਾਰਾ ਦੀ। ਇਹ ਧੁਰ ਦਰਗਾਹ ਤੋਂ ਆਈ ਏ ਤੇ ਦਸ ਗੁਰੂਆਂ ਉੱਤੇ ਉਤਰੀ ਏ, ਸਤ ਰੂਪ ਸਦਾ ਸਤਵਾਦੀ ਹੈ, ਸਤਵੰਤੀ ਸਤ ਦੀ ਪੁੱਤਰੀ ਏ, ਸਤ ਪੁਰਸ਼ਾਂ ਦੀ ਇਹ ਰਹਿਬਰ ਹੈ, ਉਹਨਾਂ ਰੂਹ ਆਪਣੀ ਜਾਣੀ ਏ, ਧੁਰ ਦੀ ਆਵਾਜ਼ ਇਲਾਹੀ ਹੈ, ਇਹ ਜੋਤ ਗੁਰੂ ਗੁਰਬਾਣੀ। ਪਰਮ ਪੂਜੀ ਪਾਤ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਬਦ ਬ੍ਰਹਮ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨਸ ਸ਼ੋਭਤ ਗੁਰੂ ਸਵਾਰੇ ਗੁਰੂ ਪਿਆਰੇ ਗੁਰੂ ਖਾਲਸਾ ਸਰ ਸੰਗਤ ਜੀਓ ਆਓ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੱਲੋਂ ਜੋ ਹੁਕਮ ਹੈ ਗੁਰਸਿੱਖਾਂ ਨੂੰ, ਰਹਿਤਨਾਮੇ ਭਾਈ ਸਾਹਿਬ ਭਾਈ ਚੌਪਾ ਸਿੰਘ ਜੀ, ਭਾਈ ਦੇਸਾ ਸਿੰਘ ਜੀ ਜੋ ਰਹਿਤਨਾਮੇ ਸਾਨੂੰ ਆਦੇਸ਼ ਕਰਦੇ ਨੇ, ਕਹਿੰਦੇ ਆ ਕੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਦੋ ਸਿੱਖ ਜਦੋਂ ਆਪੋ ਵਿੱਚ ਬੈਠ ਗੁਰੂ ਫਤਿਹ ਬੁਲਾਈ ਜਾਵੇ, ਕਰੋ ਰਸਨਾ ਨੂੰ ਪਵਿੱਤਰ, ਲਵਾਓ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ, ਗੱਜ ਵੱਜ ਕੇ ਸਰਬੱਤ ਸੰਗਤ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੇ ਭਾਗਾਂ ਵਾਲੇ ਹੋ, ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਂਤੀ ਸਰੂਪ ਦੇ ਵਿੱਚ ਜੁੜ ਬੈਠੇ ਹੋ। ਇੱਕ ਐਸੇ ਮਹਾਨ ਜਰਨੈਲ ਦੀ ਦਾਸਤਾਨ ਮੈਂ ਆਪ ਜੀ ਦੇ ਚਰਨਾਂ ਵਿੱਚ ਕਹਿਣ ਜਾ ਰਿਹਾ, ਜਿਹੜਾ 18ਵੀਂ ਸਦੀ ਦਾ ਇੱਕ ਮਹਾਨ ਯੋਧਾ ਹੋਇਆ। ਸਨ 1791 ਈਸਵੀ ਨੂੰ ਗੁਜਰਾਂ ਵਾਲੇ ਦੀ ਧਰਤੀ ਉੱਤੇ ਮਾਂ ਧਰਮ ਕੌਰ ਦੀ ਕੁੱਖੋਂ ਸਰਦਾਰ ਹਰਦਾਸ ਸਿੰਘ ਦਾ ਪੋਤਰਾ ਸਰਦਾਰ ਗੁਰਦਿਆਲ ਸਿੰਘ ਦਾ ਸਪੁੱਤਰ ਪੈਦਾ ਹੋਇਆ। ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚੋਂ ਨਾਮ ਕਢਵਾਇਆ ਗਿਆ, ਪਹਿਲਾ ਅੱਖਰ ਨਿਕਲਿਆ ਹਾ ਹਾ ਤੇ ਮਾਂ ਤੇ ਪਿਓ ਨੇ ਨਾਂ ਰੱਖ ਦਿੱਤਾ ਹਰੀ ਸਿੰਘ। ਇਤਿਹਾਸ ਕਹਿੰਦਾ ਮਾਤਾ ਪਿਤਾ ਦੀ ਛਤਰ ਛਾਇਆ ਤਾਂ ਪਲਿਆ। 7 ਸਾਲ ਦਾ ਹੋਇਆ, ਅਕਾਲ ਪੁਰਖ ਦਾ ਭਾਣਾ ਪਿਤਾ ਸਰਦਾਰ ਗੁਰਦਿਆਲ ਸਿੰਘ ਉਹ ਸੁਰਗਸ ਹੋ ਗਏ। 6 ਕੁ ਮਹੀਨੇ ਮਗਰੋਂ ਸਰਦਾਰ ਹਰਦਾਸ ਸਿੰਘ ਉਹ ਵੀ ਅਕਾਲ ਪੁਰਖ ਨੂੰ ਪਿਆਰੇ ਹੋ ਗਏ। ਸਾਰੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮਾਂ ਦੇ ਉੱਤੇ ਆ ਪਈ। ਕਹਿੰਦੇ ਨੇ ਮਾਂ ਹਰੀ ਸਿੰਘ ਨੂੰ ਨਾਲ ਲੈ ਕੇ ਆਪਣੇ ਪੇਕੀ ਪਰਿਵਾਰ ਚਲ ਗਈ, ਨਾਨਕਿਆਂ ਦੇ ਘਰੇ ਪਲਿਆ ਔਰ ਸ਼ਸਤਰ ਵਿੱਦਿਆ ਜੰਗੀ ਕੁਸ਼ਲਤਾ ਦੇ ਸਾਰੇ ਜੌਹਰ ਸਰਦਾਰ ਹਰੀ ਸਿੰਘ ਨੇ ਨਾਨਕੇ ਪਰਿਵਾਰ ਦੇ ਵਿੱਚੋਂ ਸਿੱਖੇ ਗ੍ਰਹਿਣ ਕੀਤੇ। ਪਰ ਵਿਦਵਾਨਾਂ ਦੇ ਕਥਨ ਨੇ, ਦਾਨਿਸ਼ਮੰਦਾਂ ਦਾ ਕਹਿਣਾ ਹੈ, ਕਹਿੰਦੇ ਹੋਣ ਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ, ਜਿਹੜੇ ਰੁੱਖ ਵਧੀਆ ਕੁਆਲਿਟੀ ਦੇ ਵਧੀਆ ਕਿਸਮ ਦੇ ਹੁੰਦੇ ਨੇ, ਉਹ ਭਾਵੇਂ ਛੋਟੇ ਛੋਟੇ ਹੋਣ ਉਹਨਾਂ ਦੇ ਪੱਤੇ ਚੀਕਣੇ ਹੋਇਆ ਕਰਦੇ ਨੇ, ਬਹੁਤ ਛੋਟੀ ਅਰਬਲਾ ਹੈ। ਪਰ ਛੋਟੀ ਉਮਰ ਦੇ ਵਿੱਚ ਇਹ ਹਰੀ ਸਿੰਘ ਗੁਰਬਾਣੀ ਦਾ ਨਾਮ ਬਾਣੀ ਦਾ ਇੱਕ ਰਸੀਆ ਬਣਿਆ, ਬਹੁਤ ਸਾਰੀਆਂ ਬਾਣੀਆਂ ਨੇ ਇਕੱਠ ਕਰ ਲਈਆਂ। ਜਿੱਥੇ ਬਾਣੀਆਂ ਇਕੱਠ ਕੀਤੀਆਂ ਉੱਥੇ ਇਤਿਹਾਸ ਕਹਿੰਦਾ ਇਹਨੇ ਨਾਲ ਦੀ ਨਾਲ ਸ਼ਸਤਰ ਵਿਦਿਆ ਦੇ ਵਿੱਚ ਵੀ ਨਿਪੁੰਨਤਾ ਹਾਸਲ ਕੀਤੀ, ਬੜਾ ਜਵਾਨ ਨਿਕਲਿਆ। ਸਮਾਂ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਦਾ ਐਨ ਸਿਖਰ ਦੁਪਹਿਰਾ ਸੀ। ਇਤਿਹਾਸ ਕਹਿੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਰ ਸਾਲ ਬਸੰਤੀ ਦਰਬਾਰ ਦੇ ਵਿੱਚ ਇੱਕ ਬੜਾ ਤਕੜਾ ਇਕੱਠ ਕਰਿਆ ਕਰਦਾ ਸੀ, ਜਿਹਦੇ ਵਿੱਚ ਬੜੇ ਤਕੜੇ ਜੰਗੀ ਯੋਧੇ ਜਰਨੈਲ ਜੰਗੀ ਕੁਸ਼ਲਤਾ ਦੇ ਕਰਤੱਵ ਦਿਖਾਇਆ ਕਰਦੇ ਸਨ। ਕਹਿੰਦੇ ਨੇ ਉਮਰ ਹੋਈ 16 ਵਰਸ ਦੀ, 1805 ਦਾ ਜਿਹੜਾ ਬਸੰਤੀ ਦਰਬਾਰ ਸ਼ੇਰ ਪੰਜਾਬ ਨੇ ਕੀਤਾ, ਇਹ ਹਰੀ ਸਿੰਘ ਨੇ ਉਸ ਬਸੰਤੀ ਦਰਬਾਰ ਵਿੱਚ ਜੰਗੀ ਕੁਸ਼ਲਤਾ ਦੀ ਸਿਖਰ ਵਿਖਾਈ। ਕਹਿੰਦੇ ਨੇ ਸ਼ੇਰੇ ਪੰਜਾਬ ਦਾ ਮਨ ਮੋਹ ਲਿਆ, ਸ਼ੇਰੇ ਪੰਜਾਬ ਨੇ ਇਹਨੂੰ ਆਪਣੇ ਲਿਖਤ ਵਰਤੀਆਂ ਵਿੱਚੋਂ ਪਰਦੀ ਕਰ ਲਿਆ। ਕੁਝ ਸਮਾਂ ਬੀਤਿਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸ਼ਿਕਾਰ ਤੇ ਜਾਣ ਦਾ ਸਬੱਬ ਬਣਿਆ। ਇਤਿਹਾਸ ਕਹਿੰਦਾ ਇੱਕਦਮ ਇੱਕ ਬੱਬਰ ਸ਼ੇਰ ਨਿਕਲਿਆ, ਉਹਨੇ ਸ਼ੇਰੇ ਪੰਜਾਬ ਤੇ ਹਮਲਾ ਕੀਤਾ। ਇਹਨੂੰ ਪਹਿਲਾਂ ਕਿ ਬੱਬਰ ਸ਼ੇਰ ਸ਼ੇਰੇ ਪੰਜਾਬ ਤੇ ਕਹਿੰਦਾ, ਕਹਿੰਦੇ ਨੇ ਰਸਤੇ ਵਿੱਚ ਹਰੀ ਸਿੰਘ ਨਲਵੇ ਨੇ ਉਹਨੂੰ ਚਵਾੜਿਆਂ ਤੋਂ ਫੜ ਕੇ ਪਟਕਾ ਕੇ ਜ਼ਮੀਨ ਤੇ ਮਾਰਿਆ। ਇਹ ਨਜ਼ਾਰਾ
शेर पंजाब ने बड़ा नजदीक तो वेख्या कहिंदे ने उदों पहला कि शेर उठ के हरि सिंह ते वार करदा उहने कृपान नाल उहदा तड़ उहदा सिर तक लग कर दिता उत्थे इह अलंकार हरि सिंह दे नाम नाल जुड़िया नलूआ शेर पंजाब ने कहिंदे नलूआ है ਕਹਿੰਦੇ ਨੇ ਨਿਕਟ ਵਰਤੀਆਂ ਚੋਂ ਭਰਤੀ ਕਰ ਲਿਆ ਸ਼ਹਿਰ ਦੇ ਰੈਜੀਮੈਂਟ ਬਣਾ ਕੇ ਉਹਦਾ ਜਥੇਦਾਰ ਥਾਪ ਦਿੱਤਾ ਇਹਦੋਂ ਮਗਰੋਂ ਸਰਦਾਰ ਹਰੀ ਸਿੰਘ ਨਲਵੇ ਨੇ ਪਿੱਛਾ ਭੁੱਕ ਨਹੀਂ ਦਿਖਿਆ ਕਹਿੰਦੇ ਨੇ ਫਿਰ ਤਾਂ ਮੁਲਤਾਨ ਕਸ਼ੂਰ ਪਿਸ਼ਾਵਰ ਇਹ ਸਾਰੇ ਇਲਾਕੇ ਸ਼ਹਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਦੀਆਂ ਫੌਜਾਂ ਔਰ ਸਰਦਾਰ ਹਰੀ ਸਿੰਘ ਨੇ ਰਲ ਮਿਲ ਕਰਕੇ ਜਿੱਤ ਕੇ ਸਿੱਖ ਰਾਜ ਦੇ ਵਿੱਚ ਮਿਲਾ ਦਿੱਤੇ ਕਹਿੰਦੇ ਨੇ ਸਰਦਾਰ ਹਰੀ ਸਿੰਘ ਬਣਿਆ ਮੁਲਤਾਨ ਪਿਸ਼ਾਵਰ ਦਾ ਗਵਰਨਰ ਪਿਸ਼ਾਵਰ ਦਾ ਗਵਰਨਰ ਬਣ ਕੇ ਇਹਨੇ ਦਰਾ ਖੈਬਰ ਦੇ ਰਸਤੇ ਦੇ ਵਿੱਚ ਕਿਲਿਆਂ ਦਾ ਬੜਾ ਤਕੜਾ ਜਾਲ ਵਿਛਾ ਦਿੱਤਾ ਜਦੋਂ ਕਿਲੇ ਬਣ ਗਏ ਜਮਰੋਤ ਇਹ ਜਮਰਾਉਤ ਦਾ ਕਿਲਾ ਮਿਚਲੀ ਬਾੜਾ ਸ਼ੰਕਰਗੜ ਇਹ ਕਿਲੇ ਬਣ ਗਏ ਕਹਿੰਦੇ ਨੇ ਕਾਬਲ ਦੇ ਵਿੱਚ ਇਹਨਾਂ ਜੰਗੀ ਤਿਆਰੀਆਂ ਤੋਂ ਹਲਚਲ ਮਚ ਗਈ ਇਤਿਹਾਸ ਕਹਿੰਦਾ ਦੋਸਤ ਮੁਹੰਮਦ ਖਾਨ ਕਾਬਲ ਦਾ ਰਹਿਣ ਵਾਲਾ ਉਤਲਕ ਉੱਠਿਆ ਹੈ ਉਹਨੇ ਉਸੇ ਵੇਲੇ ਕੀਤਾ ਇੱਕ ਆਪਣਾ ਖਾਸ ਦਰਬਾਰ ਆਪਣੇ ਬਹਾਦਰ ਵਜ਼ੀਰਾਂ ਨੂੰ ਆਪਣੇ ਬਹਾਦਰ ਜਨੈਦਾਂ ਨੂੰ ਕਰਕੇ ਭਰੇ ਦਰਬਾਰ ਦੇ ਵਿੱਚ ਇਕੱਠੇ ਇੱਕ ਦੋਸਤ ਮੁਹੰਮਦ ਖਾਨ ਨੇ ਬੜੀ ਜ਼ਬਰਦਸਤ ਤਕਰੀਰ ਕੀਤੀ ਕਹਿਣ ਲੱਗਾ ਤੁਸੀਂ ਮਹਾਨ ਪਠਾਣਾਂ ਦੇ ਪੁੱਤਰ ਹੋ ਅੱਜ ਹਿੰਦੁਸਤਾਨ ਵਿੱਚ ਕਿਹੜੀ ਔਰਤ ਪੈਦਾ ਹੋ ਗਈ ਕਿਹੜੀ ਕੌਮ ਪੈਦਾ ਹੋ ਗਈ ਔਰ ਸਾਡੇ ਬਹਾਦਰ ਬਜ਼ੁਰਗ ਚੜ ਕੇ ਹਿੰਦੁਸਤਾਨ ਤੇ ਜਾਂਦੇ ਰਹੇ ਉੱਥੋਂ ਦੀਆਂ ਬਹੁ ਬੇਟੀਆਂ ਧਨ ਦੌਲਤ ਨੂੰ ਲੁੱਟ ਕੇ ਵਾਪਸ ਆਉਂਦੇ ਰਹੇ ਪਰ ਅੱਜ ਸਾਡਾ ਰਸਤਾ ਕਿਸੇ ਕੌਮ ਨੇ ਰੋਕ ਲਿਆ ਉਹ ਕੋਈ ਉੱਠੋ ਮਰਦ ਕੋਈ ਸੂਰਮਾ ਨਿਤਰੋ ਮੂਹਾਂ ਮਰਵੀ ਫੌਜ ਮਿਲੇਗੀ ਲੈ ਕੇ ਜਾਓ ਫੌਜਾਂ ਉਹਨਾਂ ਕਿਲਿਆਂ ਨੂੰ ਨਿਸ਼ਤੋ ਨਾਬੂਦ ਕਰ ਦਿਓ